ਪੁਲਿਸ ਮੁਲਾਜ਼ਮ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਰੈਸਟੋਰੈਂਟ ਦੇ ਬਾਹਰ ਇੱਕ ਸ਼ਖਸ ਦੇ ਸ਼ਰੇਆਮ ਥੱਪੜ ਮਾਰੇ ਨੇ। ਪਹਿਲਾਂ ਉਹਨੂੰ ਗਰਦਨ ਤੋਂ ਫੜ ਕੇ ਧੋਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਦੀ ਗਰਦਨ 'ਚ ਥੱਪੜ ਮਾਰੇ ਗਏ ਨੇ। ਤਾਂ ਦੱਸ ਦਈਏ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਪੁਲਿਸ ਨੂੰ ਥੱਪੜ ਮਾਰਨ ਦੀ ਪਾਵਰ ਆਖਰ ਕਿਸ ਨੇ ਦਿੱਤੀ ਹੈ। ਹਾਲਾਂਕਿ ਇਹ ਵਿਅਕਤੀ ਕੌਣ ਹੈ ਜਿਸ ਦੇ ਥੱਪੜ ਮਾਰੇ ਗਏ, ਇਸ ਦੇ ਬਾਰੇ ਦੇ ਵਿੱਚ ਹਾਲੇ ਪਤਾ ਲਗਾਇਆ ਜਾ ਰਿਹਾ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਪੁਲਿਸ ਦਾ ਇਹ ਗੁੰਡਾਗਰਦੀ ਵਾਲਾ ਚਿਹਰਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰ ਰਿਹਾ ਕਿ ਆਖਰ ਪੁਲਿਸ ਥੱਪੜ ਵੀ ਮਾਰ ਸਕਦੀ ਹੈ। ਜੀ ਹਾਂ, ਦੱਸ ਦਈਏ ਕਿ ਘਟਨਾ ਸਾਰੀ ਹੀ CCTV ਦੇ ਵਿੱਚ ਕੈਦ ਹੋਈ ਹੈ। ਜਲੰਧਰ ਦੀ ਬਾਜ਼ਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇੱਕ ਰੈਸਟੋਰੈਂਟ ਦੇ ਬਾਹਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਸ਼ਰੇਆਮ ਮੁੰਡੇ ਦੇ ਥੱਪੜ ਮਾਰੇ ਗਏ। ਪਹਿਲਾਂ ਉਹਨੂੰ ਗਰਦਨ ਤੋਂ ਫੜ ਕੇ ਧੋਇਆ ਗਿਆ। ਹਾਲਾਂਕਿ ਇਸ ਵਿਅਕਤੀ ਦਾ ਕਸੂਰ ਕੀ ਹੈ, ਇਹ ਵਿਅਕਤੀ ਹੈ ਕੌਣ ਅਤੇ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਦੇ ਥੱਪੜ ਕਿਉਂ ਮਾਰਿਆ ਗਿਆ, ਇਸ ਦੇ ਬਾਰੇ ਲਗਾਤਾਰ ਪਤਾ ਲਗਾਇਆ ਜਾ ਰਿਹਾ। ਫਿਲਹਾਲ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਵੱਡੇ ਸਵਾਲ ਪੰਜਾਬ ਪੁਲਿਸ ਦੇ ਉੱਤੇ ਖੜ੍ਹੇ ਜ਼ਰੂਰ ਹੁੰਦੇ ਨੇ ਕਿ ਆਖਰ ਮੁਲਜ਼ਮ ਨੂੰ ਕਾਬੂ ਕਰਨ ਦਾ ਕੋਈ ਇਹ ਵੀ ਤਰੀਕਾ ਹੁੰਦਾ। ਹਾਲਾਂਕਿ ਇਹ ਮੁਲਜ਼ਮ ਹੈ ਵੀ ਜਾਂ ਨਹੀਂ, ਇਸ ਬਾਰੇ ਜਾਂਚ ਦਾ ਵਿਸ਼ਾ, ਪਰ ਆਖਰ ਇਹ ਵਿਅਕਤੀ ਹੈ ਕੌਣ, ਇਸ ਦੇ ਬਾਰੇ ਦੇ ਵਿੱਚ ਪਤਾ ਲਗਾਇਆ ਜਾ ਰਿਹਾ ਅਤੇ ਇਸਦਾ ਕਸੂਰ ਕੀ ਹੈ ਕਿ ਜੋ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਨੂੰ ਕੁੱਟਿਆ ਗਿਆ। ਪੁਲਿਸ ਮੁਲਾਜ਼ਮ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਰੈਸਟੋਰੈਂਟ ਦੇ ਬਾਹਰ ਇੱਕ ਸ਼ਖਸ ਦੇ ਸ਼ਰੇਆਮ ਥੱਪੜ ਮਾਰੇ ਨੇ। ਪਹਿਲਾਂ ਉਹਨੂੰ ਗਰਦਨ ਤੋਂ ਫੜ ਕੇ ਧੋਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਦੀ ਗਰਦਨ 'ਚ ਥੱਪੜ ਮਾਰੇ ਗਏ ਨੇ। ਤਾਂ ਦੱਸ ਦਈਏ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਪੁਲਿਸ ਨੂੰ ਥੱਪੜ ਮਾਰਨ ਦੀ ਪਾਵਰ ਆਖਰ ਕਿਸ ਨੇ ਦਿੱਤੀ ਹੈ। ਹਾਲਾਂਕਿ ਇਹ ਵਿਅਕਤੀ ਕੌਣ ਹੈ ਜਿਸ ਦੇ ਥੱਪੜ ਮਾਰੇ ਗਏ, ਇਸ ਦੇ ਬਾਰੇ ਦੇ ਵਿੱਚ ਹਾਲੇ ਪਤਾ ਲਗਾਇਆ ਜਾ ਰਿਹਾ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਪੁਲਿਸ ਦਾ ਇਹ ਗੁੰਡਾਗਰਦੀ ਵਾਲਾ ਚਿਹਰਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰ ਰਿਹਾ ਕਿ ਆਖਰ ਪੁਲਿਸ ਥੱਪੜ ਵੀ ਮਾਰ ਸਕਦੀ ਹੈ। ਜੀ ਹਾਂ, ਦੱਸ ਦਈਏ ਕਿ ਘਟਨਾ ਸਾਰੀ ਹੀ CCTV ਦੇ ਵਿੱਚ ਕੈਦ ਹੋਈ ਹੈ। ਜਲੰਧਰ ਦੀ ਬਾਜ਼ਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇੱਕ ਰੈਸਟੋਰੈਂਟ ਦੇ ਬਾਹਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਸ਼ਰੇਆਮ ਮੁੰਡੇ ਦੇ ਥੱਪੜ ਮਾਰੇ ਗਏ। ਪਹਿਲਾਂ ਉਹਨੂੰ ਗਰਦਨ ਤੋਂ ਫੜ ਕੇ ਧੋਇਆ ਗਿਆ। ਹਾਲਾਂਕਿ ਇਸ ਵਿਅਕਤੀ ਦਾ ਕਸੂਰ ਕੀ ਹੈ, ਇਹ ਵਿਅਕਤੀ ਹੈ ਕੌਣ ਅਤੇ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਦੇ ਥੱਪੜ ਕਿਉਂ ਮਾਰਿਆ ਗਿਆ, ਇਸ ਦੇ ਬਾਰੇ ਲਗਾਤਾਰ ਪਤਾ ਲਗਾਇਆ ਜਾ ਰਿਹਾ। ਫਿਲਹਾਲ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਵੱਡੇ ਸਵਾਲ ਪੰਜਾਬ ਪੁਲਿਸ ਦੇ ਉੱਤੇ ਖੜ੍ਹੇ ਜ਼ਰੂਰ ਹੁੰਦੇ ਨੇ ਕਿ ਆਖਰ ਮੁਲਜ਼ਮ ਨੂੰ ਕਾਬੂ ਕਰਨ ਦਾ ਕੋਈ ਇਹ ਵੀ ਤਰੀਕਾ ਹੁੰਦਾ। ਹਾਲਾਂਕਿ ਇਹ ਮੁਲਜ਼ਮ ਹੈ ਵੀ ਜਾਂ ਨਹੀਂ, ਇਸ ਬਾਰੇ ਜਾਂਚ ਦਾ ਵਿਸ਼ਾ, ਪਰ ਆਖਰ ਇਹ ਵਿਅਕਤੀ ਹੈ ਕੌਣ, ਇਸ ਦੇ ਬਾਰੇ ਦੇ ਵਿੱਚ ਪਤਾ ਲਗਾਇਆ ਜਾ ਰਿਹਾ ਅਤੇ ਇਸਦਾ ਕਸੂਰ ਕੀ ਹੈ ਕਿ ਜੋ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਨੂੰ ਕੁੱਟਿਆ ਗਿਆ।